वाहिगुरु जी का खालसा, वाहिगुरु जी की फतेह। कहिंदे जदों किसी का वासना ना चले तो फिर वो जोर जबरदस्ती ते धक्कियां दे उपर आ जांदे ने, ते जदों अकाल पुरख परमेश्वर की बख्शिश होवे ते गुरु साहब तरस करदे होण ना ते कदे पिठ नहीं लगदी। साडा पेज सी दमदमी टकसाल था राजपुरा, मैं जिहड़े पेज तो लाइव होया मैं हुण बनाया, जिहदे ते लगभग 5 लाख आपां परिवार दे जी जुड़े सी और लगभग 7-8 साल तो वह पेज चल रहा सी। सरकार नूं डर पै गया ते वह सरकार ने पंजाब भारत दे विच वो जिहड़ा पेज है बंद कर दिता। हुण बाहरों असीं चला नहीं सकते क्योंकि कोई आईडी नहीं इहदे च हो सकती। तो बंद क्यों किया, हुण सुण लिओ, बंद किया भी तुसीं भाई जुगराज सिंह जी तूफान उन्हां दी फोटो, जदों उहदा शहीदी दिहाड़ा सी ना उसी उहदी फोटो पाई सीगी, ते रीजन दे के पेज बंद कर दिता। जिहड़े साडे योध्यां दीआं तस्वीरां सोशल मीडिया दे पैण तों डरदे ने, हुण इत्थों समझ लिओ कौम वालिओ, नौजवानों वीरो, वी तुहाडी जुरत की है, तुसीं की कहो ਵੀ ਤੁਹਾਡੇ ਕੌਮ ਦੇ ਸੂਰਮੇ ਉਹ ਕੀ ਹੋਣਗੇ ਜਿਨ੍ਹਾਂ ਦੀਆਂ ਤਸਵੀਰਾਂ ਤੋਂ ਅੱਜ ਸੈਂਟਰ ਸਰਕਾਰ, ਅੱਜ ਪੰਜਾਬ ਸਰਕਾਰ ਪਈ ਡਰਦੀ ਹੈ। ਅਤੇ ਸਾਡੇ ਪੇਜ ਵੀਰ ਜਗਦੀਪ ਸਿੰਘ ਥੜੀ ਦਾ ਪੇਜ ਉਡਾ ਤਾ ਇਹਨਾਂ ਨੇ, ਬਾਈ ਮੱਖੂ ਦਾ ਪੇਜ ਉਡਾਇਆ ਇਹਨਾਂ ਨੇ, ਓਨੀ ਅਰਵਣ ਦਾ ਵੀ ਚੈਨਲ ਇੱਕ ਵਾਰੀ ਬੰਦ ਕਰ ਦਿੱਤਾ ਸੀਗਾ, ਹੁਣ ਚੈਨਲ ਪੱਕਾ ਹੀ ਬੰਦ ਕਰਕੇ ਵਿਚਾਰੇ ਹੋ ਇਸੇ ਦੁੱਖ ਤੋਂ। ਹੋਰ ਵੀ ਕਈ ਵੀਰਾਂ ਦੇ ਰੀਚਾਂ ਘਟਾ ਦੀਆਂ, ਅੱਖਰ ਚੈਨਲ, ਹੋਰ ਕਈ ਵੀਰਾਂ ਦੇ ਇਹਨਾਂ ਨੇ ਪੇਜ ਬੰਦ ਕਰ ਦਿੱਤੇ। ਕੀ ਹੋ ਜੂਗਾ ਇਹਦੇ ਨਾਲ ਬੰਦ ਕਰਨ ਨਾਲ? ਸਾਡਾ ਇਹ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਵੀ ਅਸੀਂ ਦਮਦਮੀ ਟਕਸਾਲਸਾ ਰਾਜਪੁਰਾ ਪੇਜ ਤੋਂ ਸਾਨੂੰ ਕੋਈ ਇਨਕਮ ਆਉਂਦੀ ਸੀ, ਕੋਈ ਸਾਨੂੰ ਕੋਈ ਫਰਕ ਨਹੀਂ ਇਹਦੇ ਨਾਲ। ਪਰ ਦੁੱਖ ਤਾਂ ਲੱਗਦਾ ਹੈ ਵੀ ਬੜੀ ਮਿਹਨਤ ਨਾਲ ਇਹ ਚੈਨਲ ਖੜ੍ਹੇ ਕੀਤੇ ਜਾਂਦੇ ਨੇ ਅਤੇ ਤੁਸੀਂ ਮਿੰਟਾਂ ਦੇ ਵਿੱਚ ਬੰਦ ਕਰ ਦਿੰਦੇ। ਕਰੋ ਆ ਬਣਾ ਲਿਆ ਦੁਬਾਰਾ ਫਿਰ, ਅਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ 1 ਮਹੀਨੇ ਦੇ ਵਿੱਚ ਦੁਬਾਰਾ ਫਿਰ ਉਸੇ ਲੈਵਲ 'ਤੇ ਇਸ ਪੇਜ ਨੂੰ ਖੜ੍ਹਾ ਕਰਕੇ ਵਿਖਾਉਣਾ ਆਪਾਂ ਉਸੇ ਲੈਵਲ 'ਤੇ। ਆਹ ਲਓ ਤੁਸੀਂ ਬੰਦ ਕਰੋਗੇ, ਅਸੀਂ ਬਣਾਵਾਂਗੇ ਦੁਬਾਰਾ, ਫਿਰ ਸੰਗਤ ਨੂੰ ਨਾਲ ਇਸੇ ਤਰ੍ਹਾਂ ਜੋੜਾਂਗੇ ਕਿਉਂਕਿ ਸਾਡੀ ਆਵਾਜ਼ ਇਹੀ ਸੋਸ਼ਲ ਮੀਡੀਆ ਸਾਡੀ ਆਵਾਜ਼ ਆ, ਸਰਕਾਰਾਂ ਦੇ ਚੈਨਲ ਸਾਡੀ ਗੱਲ ਨਹੀਂ ਦਿਖਾਉਂਦੇ। ਸਾਨੂੰ ਆਪਣੀ ਆਵਾਜ਼ ਰੱਖਣ ਦਾ ਸਭ ਤੋਂ ਵਧੀਆ ਪਲੇਟਫਾਰਮ ਇਹੀ ਆ, ਰੱਖਾਂਗੇ, ਰੱਖਦੇ ਰਹਾਂਗੇ। ਜਿੰਨੇ ਪੇਜ ਬੰਦ ਕਰਦੇ ਨੇ ਕਰੋ, ਨਵੇਂ ਬਣਾਵਾਂਗੇ, ਬਣਾ ਕੇ ਚਲਾਉਂਦੇ ਰਹਾਂਗੇ। ਸੋ ਗੁਰੂ ਸਾਹਿਬ ਕਿਰਪਾ ਕਰ। ਸੋ ਸੰਗਤ ਜੀ, ਆਹ ਨਵਾਂ ਪੇਜ ਦਮਦਮੀ ਟਕਸਾਲ ਸਾਹਿਬ ਰਾਜਪੁਰਾ ਬਣਾਇਆ, ਇਹਨੂੰ ਸ਼ੇਅਰ ਕਰ ਦਿਉ, ਵੱਧ ਤੋਂ ਵੱਧ ਫੋਲੋ ਕਰ ਲਿਓ, ਲਾਈਕ ਕਰ ਦਿਓ ਅਤੇ ਜੁੜੋ ਵੱਧ ਤੋਂ ਵੱਧ ਸੰਗਤ, ਤਾਂ ਜੋ ਇਹਦੇ ਵਿੱਚ ਵੀ ਆਪਾਂ ਵੱਧ ਤੋਂ ਵੱਧ ਆਪਣੇ ਯੋਧਿਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਪਾਉਣੀਆਂ ਨੇ, ਸ਼ਹੀਦਾਂ ਦੀਆਂ ਪਾਉਣੀਆਂ ਨੇ, ਤੁਸੀਂ ਕਰ ਲਓ ਬੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।